ਜਿਹੜੇ ਰੇਸ਼ਮ ਦੇ ਕੀੜੇ ਨੇ ਉਹ ਰੇਸ਼ਮ ਦਾ ਜੋ ਬੀਜ ਹੈ ਉਹ ਸਾਨੂੰ ਦੇਹਰਾਦੂਨ ਤੋਂ ਆਉਂਦਾ ਹੈ ਔਰ ਇਹ ਆਪਣਾ ਮਾਰਚ ਅਪ੍ਰੈਲ ਦੇ ਵਿੱਚ ਜਿਹੜਾ ਇਹ ਫਸਟ ਕਰਾਪ ਜਿਹੜੀ ਸਾਡੀ ਚੱਲਦੀ ਹੈ ਔਰ ਇਹਦੇ ਵਿੱਚ ਘੱਟੋ ਘੱਟ 1000 ਫੈਮਿਲੀ ਜਿਹੜੀ ਉਹ ਕੰਮ ਕਰ ਰਹੀ ਹੈ ਅਤੇ 1000 ਫੈਮਿਲੀ ਜਿਵੇਂ ਧਾਰ ਬਲਾਕ ਦੇ ਵਿੱਚ 800 ਫੈਮਿਲੀ ਔਰ 200 ਫੈਮਿਲੀ ਪਲੇਨ ਦੇ ਵਿੱਚ ਕੰਮ ਕਰ ਰਹੀ ਹੈ ਔਰ 15 ਦਿਨ ਮਹਿਕਮਾ ਕੰਮ ਕਰਕੇ ਔਰ 15 ਦਿਨ ਜਿਹੜੇ ਕਿਸਾਨ ਲੋਕ ਆਪਣੇ ਘਰਾਂ ਦੇ ਵਿੱਚ ਕੰਮ ਕਰਦੇ ਨੇ ਔਰ ਥੋੜ੍ਹੇ ਸਮੇਂ ਦੇ ਵਿੱਚ ਕਾਫੀ ਜਿਹੜਾ ਆ ਇਹ ਮੁਨਾਫਾ ਜਿਹੜਾ ਆ ਉਹ ਆਪਣਾ ਪਾ ਲੈਂਦੇ ਨੇ। ਇਹ ਸਾਡੇ ਕੋਲੋਂ ਨਾ ਵੈਸਟ ਬੰਗਾਲ ਤੋਂ ਜਿਹੜੇ ਵਪਾਰੀ ਆਉਂਦੇ ਨੇ ਅਤੇ ਪਿਛਲੇ ਸਾਲ ਵੀ ਰੇਟ ਜਿਹੜਾ 500 ਰੁਪਇਆ ਲੱਗਿਆ ਸੀ ਕਿਲੋ ਦਾ, ਇਸ ਸਾਲ ਵੀ ਜਿਹੜਾ ਰੇਟ ਚੰਗਾ ਲੱਗੇਗਾ ਅਤੇ ਜਿਹੜੇ ਕਿਸਾਨ ਲੋਕ ਨੇ ਉਹ ਕਾਫੀ ਜਿਹੜਾ ਆ ਇਸ ਕਕੂਨ ਤੋਂ ਜਿਹੜਾ ਆ 15 ਤੋਂ 17 ਹਜ਼ਾਰ ਰੁਪਇਆ ਜਿਹੜਾ ਉਹ ਫਾਇਦਾ ਉਹਨਾਂ ਨੂੰ ਮਿਲ ਸਕਦਾ ਹੈ।